थाना डिवीजन नंबर 8 ਨੂੰ ਸਕਸੈਸ ਮਿਲਿਆ। ਏਐਸਏ ਸੰਜੀਵ ਕੁਮਾਰ ਨੇ ਗਦਈਪੁਰ ਪੁੜੀ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ। ਸ਼ਕਤੀ ਭਾਰ ਤੇ ਉਹਨਾਂ ਨੇ ਇੱਕ ਜਿਹੜਾ ਵਿਅਕਤੀ ਨੂੰ ਰੋਕਿਆ ਜਿਹਦੇ ਹੱਥ 'ਚ ਜਿਹੜਾ ਸੀਗਾ ਗੱਤੇ ਵਾਲਾ ਡੱਬਾ ਚੱਕਿਆ ਹੋਇਆ ਸੀਗਾ। ਕੁਝ ਵਜਨਦਾਰ ਚੀਜ਼ ਹੋਣ ਲੱਗ ਗਈ ਸੀ ਵਿੱਚ ਉਹਦੇ। ਜਦੋਂ ਉਹਨੂੰ ਚੈੱਕ ਕੀਤਾ ਤਾਂ ਚੈੱਕ ਕਰਨ ਤੇ ਉਹਦੇ ਵਿੱਚੋਂ ਗਾਂਜਾ ਬਰਾਮਦ ਹੋਇਆ, ਜਿਹੜਾ ਕਿ ਟੋਟਲ ਕੁਆਂਟੀਟੀ ਹੈ 3 ਕਿਲੋ 500 ਗ੍ਰਾਮ। ਇਸਦੇ ਸੰਬੰਧ ਵਿੱਚ ਜਿਹੜਾ ਅਸੀਂ FIR ਰਜਿਸਟਰ ਕਰ ਦਿੱਤੀ ਉਹਦੇ ਅਗੇਂਸਟ। ਇਹ ਬੰਦੇ ਦਾ ਨਾਮ ਹੈਗਾ BDO ਸ਼ਰਮਾ, ਸਨ ਆਫ ਬਾਪੂ ਸ਼ਰਮਾ, ਮਧੇਪੁਰਾ ਬਿਹਾਰ ਦਾ ਰਹਿਣ ਵਾਲਾ, ਇੱਥੇ ਸਟੋਨ ਪਾਰਕ ਰਹਿੰਦਾ। ਇਹ ਹੁਣ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿੰਨੇ ਦਿਨਾਂ ਨੂੰ ਸਪਲਾਈ ਕਰਨੀ ਹੈ ਇਹਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਹਾਲੇ ਚੱਲ ਰਹੀ ਹੈ। ਇਹਦੇ ਬਾਰੇ ਹਾਲੇ ਅਸੀਂ ਪਿੱਛੋਂ ਇਹਨੂੰ ਪਤਾ ਕਰਾਂਗੇ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ। ਠੀਕ ਹੈ।